ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਆਪਣੀ ਹੋਣ ਲਈ ਸੈਲਫ ਟਾਕ ਬਾਰੇ, ਅਤੇ ਸਿਰਫ ਇਹ ਹੋਣ ਵਾਲੀ ਆਪਣੇ ਯੂਥ ਲਈ ਜਿਹੜੇ 18 ਤੋਂ ਲੈ ਕੇ 22 ਸਾਲਾਂ ਤੱਕ ਦੇ ਆ, ਜਿਹਨਾਂ ਜਿਹੜੇ 11ਵੀਂ 12ਵੀਂ 'ਚ ਨੇ ਇਸ ਟਾਈਮ, 11ਵੀਂ ਖਤਮ ਕਰ ਰਹੇ ਨੇ, 12ਵੀਂ 'ਚ ਐਂਟਰ ਕਰ ਰਹੇ ਨੇ, 11ਵੀਂ ਸਟਾਰਟ ਕਰ ਰਹੇ ਆ, ਅਤੇ ਜਿਹਨਾਂ ਨੇ 12ਵੀਂ ਆਲਰੇਡੀ ਖਤਮ ਕਰ ਲਈ ਆ ਉਹ ਬੱਚਾ ਲਈ ਆ। ਤਾਂ ਕਾਹਤੋਂ ਆ ਵੀਡੀਓ ਦਾ ਮੇਨ ਰੀਜ਼ਨ ਆਹ ਵਾ, ਜਦੋਂ ਤੁਸੀਂ 10ਵੀਂ ਪਾਰ ਕਰ ਲਈ, ਉਦੋਂ ਬਾਅਦ 'ਚ ਲਾਈਫ ਨੂੰ ਕਿਵੇਂ ਆਪਦੇ ਹਿਸਾਬ ਨਾਲ ਮੋਲਡ ਕਿਵੇਂ ਕਰਨਾ, ਕਿਉਂਕਿ ਫਨ ਵਾਲਾ ਟਾਈਮ ਜਦੋਂ ਤੱਕ ਸਕੂਲਾਂ 'ਚ ਆ ਉਦੋਂ ਤੱਕ ਆ, ਸਕੂਲ ਤੋਂ ਬਾਅਦ, ਹਾਈ ਸਕੂਲ ਤੋਂ ਬਾਅਦ ਆਪਣੀ ਲਾਈਫ ਸੇਮ ਨਹੀਂ ਰਹਿੰਦੀ ਫਨ ਵਾਲੀ, ਕੋਈ ਵੀ ਮੌਜ ਬਾਹਰ ਆਉਣ ਨਹੀਂ ਰਹਿੰਦੀ, ਫਿਰ ਆਪਣੇ ਸਿਰ 'ਤੇ ਜ਼ਿੰਮੇਵਾਰੀਆਂ, ਉਹਨੂੰ ਜ਼ਿੰਮੇਦਾਰ ਬਣਨਾ ਪੈਂਦਾ। ਅੱਜ ਦੇ ਟਾਈਮ 'ਤੇ ਕੀ ਚੱਲ ਰਿਹਾ ਸਾਰਿਆਂ ਦੀ ਲਾਈਫ 'ਚ, 12ਵੀਂ ਕੀਤੀ, ਆਇਲਸ ਕੀਤੀ, ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਕਿਤੇ ਨਾ ਕਿਤੇ, ਬਟ ਕਦੇ ਇੱਕ ਚੀਜ਼ ਸੋਚੀ, ਆਪਾਂ ਆ ਮੁਲਕ ਛੱਡੇ ਬਿਨਾਂ ਗਰੋ ਕਿਵੇਂ ਕਰ ਸਕਦੇ ਲਾਈਫ 'ਚ, ਕਦੇ ਇੱਕ ਵਾਰੀ ਸੋਚੀ ਹੋਵੇ? ਮੈਂ ਮੰਦ ਬੁੱਧੀ ਇਨਸਾਨ ਹਾਂ ਜਿਹਨੇ ਨਹੀਂ ਸੋਚਿਆ, ਮੇਰੇ ਦੋਸਤ ਨੇ ਸਲਾਹ ਦਿੱਤੀ, ਮੇਰੇ ਦਿਮਾਗ 'ਚ ਕੈਨੇਡਾ ਦਾ ਆਈਡੀਆ ਪਾਇਆ, ਮੈਂ ਘਰਦਿਆਂ ਨੂੰ ਪੁਸ਼ ਕੀਤਾ, ਮੈਂ ਕੈਨੇਡਾ ਆ ਗਿਆ, 5 ਸਾਲ ਹੋ ਚੱਲੇ ਆ। ਤਾਂ ਹੁਣ ਸੋਚਦੇ ਹਾਂ ਵੀ ਜੇ ਉੱਥੇ ਹੁੰਦੇ ਤਾਂ ਕੀ ਕੁਛ ਕਰ ਸਕਦੇ ਸੀ। ਫੋਰ ਐਗਜ਼ਾਮਪਲ, ਹਰ ਇਨਸਾਨ ਦੀ ਜੇਬ ਨਹੀਂ ਚੱਲਦੀ ਕੈਨੇਡਾ ਅਮੈਰੀਕਾ ਆਉਣ ਨੂੰ, ਉਹ ਛੋਟੀਆਂ ਕੰਟਰੀਆਂ 'ਚ ਵਗ ਜਾਂਦੇ ਰਹੇ, ਬਟ ਇੱਥੋਂ ਵਾਲੀ ਜ਼ਿੰਦਗੀ ਸਿਰਫ ਉੱਥੋਂ ਦੇਖਣ ਤੋਂ ਐਂ ਲੱਗਦੀ ਹੈ ਸੋਨੇ ਦੇ ਬਰਤਨ 'ਚ ਖਾਣ ਨੂੰ ਮਿਲਦਾ, ਉੱਠਣ ਸਾਰ ਪੇੜਾਂ ਤੋਂ ਪੈਸੇ ਝੜਦੇ ਆ, ਐਵੇਂ ਦਾ ਕੁਛ ਨਹੀਂ ਹੈਗਾ। ਬਈਆਂ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਸਟਾਰਟਿੰਗ ਵਾਲੇ ਦਿਨਾਂ 'ਚ, ਫਿਰ ਜਾ ਕੇ ਬਹਿ ਕੇ ਕਮਾਉਣ ਦਿਨ ਆਉਂਦੇ ਆ, ਪਰ ਬਈਆਂ ਸਕਰੈਚ ਤੋਂ ਸ਼ੁਰੂ ਕਰਕੇ ਬਈਆਂ ਤੱਕ ਵਾਂਗੂ ਕਮਾਉਣ ਤੋਂ ਲੈ ਕੇ ਬੈਠੇ ਤੱਕ ਪਹੁੰਚਣ, ਬੰਦੇ ਦੀ ਧੌਸ ਨਿਕਲ ਜਾਂਦੀ ਆ। ਤੋ ਬੰਦੇ ਨੇ ਪਹਿਲਾਂ ਹੀ 25 ਤੋਂ 30 ਲੱਖ ਰੁਪਏ ਇਨਵੈਸਟ ਕੀਤਾ ਹੁੰਦਾ, ਫਿਰ 10 ਲੱਖ ਇੱਥੇ ਕਿ ਵੀਜ਼ਾ ਭਰੀਆਂ ਹੁੰਦੀਆਂ, 40 ਲੱਖ ਦਾ ਸੌਦਾ ਪਹਿਲਾਂ ਬਣਾਈ ਬੈਠਾ ਹੁੰਦਾ ਅਗਲਾ, ਤੋ ਪੈਸੇ ਵੀ ਪੂਰੇ ਕਰਨੇ ਆ, ਪਿੰਡ ਵੀ ਪੈਸੇ ਭੇਜਣੇ ਆ, ਇੱਥੇ ਦੇ ਖਰਚੇ ਵੀ ਨਿਬੇੜਨੇ ਆ, ਫਿਰ ਇੱਥੋਂ ਦੇ ਹੋਰ ਪੁੱਠੇ ਸਿੱਧੇ ਪੰਗੇ, ਗੱਡੀ ਰੈਡੀ, ਗੱਡੀ ਦੀਆਂ ਟਿਕਟਾਂ, ਗੱਡੀ ਦੀਆਂ ਕਿਸ਼ਤਾਂ, ਇੰਸ਼ੋਰੈਂਸ, ਮੰਨ ਲਓ 7 ਸਾਲਾਂ ਨੂੰ ਘਰ ਲੈ ਲਿਆ, 30 ਸਾਲਾਂ ਦੇ ਘਰ ਦੀ ਮੌਰਗੇਜ, ਬਹੁਤ ਵੱਡੇ ਟ੍ਰੈਪ 'ਚ ਫਸ ਜਾਂਦਾ ਬੰਦਾ। ਪਰ ਆਹੀ ਜੇ ਇਨਸਾਨ ਇੰਡੀਆ ਬੈਠਾ ਸੋਚੇ 11ਵੀਂ 12ਵੀਂ ਦੇ ਵਿੱਚ, ਦੁਨੀਆ ਐਕਸਪਲੋਰ ਕਰਨੀ ਸ਼ੁਰੂ ਕਰੇ, ਸਾਰਿਆਂ ਕੋਲ ਫੋਨ ਹੈਗੇ, ਸਾਰਿਆਂ ਕੋਲ 5G ਨੈੱਟ ਚੱਲਦਾ, ਸਾਰਿਆਂ ਕੋਲ ਫ੍ਰੀ ਵਾਲੇ ਨੈੱਟ ਆ, ਦਿਨ ਦਾ 4-6 GB ਤੁਹਾਨੂੰ ਮਿਲਦਾ ਹੈ ਨਾ, ਤੁਸੀਂ ਪਹਿਲਾਂ ਬੈਠ ਕੇ ਸੋਚਣਾ ਅਸੀਂ ਲਾਈਫ ਨਾਲ ਕਰਨਾ ਕੀ ਚਾਹੁੰਦੇ ਹੋ। ਤੁਸੀਂ ਦੁਨੀਆ ਭਰ ਦੀ ਚੀਜ਼ਾਂ ਦੇਖਦੇ ਹੋ ਫੋਨ 'ਤੇ, ਟਿਕਟੋਕ 'ਤੇ, ਇੰਸਟਾਗ੍ਰਾਮ 'ਤੇ, ਫਿਰ ਯੂਟਿਊਬ 'ਤੇ, ਲੋਕ ਇੱਥੋਂ ਵਾਲੇ ਗੋਰਿਆਂ ਦੇ ਜਵਾਕ ਡਰੋਪ ਸ਼ਿਪਿੰਗ, ਐਮਾਜ਼ੋਨ 'ਤੇ ਐਡਮਾਂ ਲਿਸਟ ਕਰ ਕਰਕੇ ਕੋਈ ਵੀ ਛੋਟੇ ਛੋਟੇ ਪ੍ਰੋਡਕਟ ਚਾਈਨਾ ਤੋਂ ਮੰਗਾ ਕੇ, ਅਲੀਬਾਬਾ ਤੋਂ ਮੰਗਾ ਕੇ ਮਿਲੀਅਨ ਮਿਲੀਅਨ ਡਾਲਰ ਕਮਾ ਗਏ ਕੋਵਿਡ ਦੇ ਟਾਈਮ, ਉਹਨਾਂ ਚੀਜ਼ ਦਾ ਪਤਾ ਵੀ ਨਹੀਂ ਸੀ। ਠੀਕ ਹੈ, ਉਹਨਾਂ ਦੇ ਜਵਾਕ ਐਕਟਿਵ ਰਹਿੰਦੇ ਚੀਜ਼ਾਂ ਨੂੰ ਲੈ ਕੇ, ਕਈ ਕਰਦੇ ਆਪਾਂ ਨੈੱਟ 'ਤੇ ਦੇਖ ਲਿਆ, ਫਿਰ ਆਪਾਂ ਦੇਖਦੇ ਵੀ ਹਾਂ ਆਹ ਚੀਜ਼ ਕਿਸੇ ਰੈਂਡਮ ਰੈਂਡਮ ਬੰਦੇ ਨੇ ਕੀਤੀ ਸੀ, ਉਹ ਬੰਦੇ ਦੀ ਨਹੀਂ ਵਰਕਆਊਟ ਕੀਤੀ ਅਤੇ ਆਪਣੀ ਵੀ ਨਹੀਂ ਕਰਨੀ, ਕਦੇ ਆਪਾਂ ਪਹਿਲਾ ਸਟੈਪ ਲੈ ਕੇ ਦੇਖਦੇ ਹੀ ਨਹੀਂ। ਐਂ ਹੋਰ ਵੀ ਕਈ ਔਨਲਾਈਨ ਪਲੇਟਫਾਰਮ ਹੈਗੇ ਆ ਜਿੱਥੋਂ ਤੁਸੀਂ, ਜੇ ਆਪਾਂ ਇੰਡੀਆ ਬੈਠੇ ਬੈਠੇ ਘਰੇ ਬੈਠੇ 6 ਮਹੀਨੇ ਦੇ ਕੋਰਸ ਹੁੰਦੇ ਆ, ਕਾਪੀ ਰਾਈਟਿੰਗ ਦਾ, ਵੈਬ ਡਿਜ਼ਾਇਨਿੰਗ ਦਾ, ਸਟਾਕ ਮਾਰਕੀਟ ਦਾ, ਟ੍ਰੇਡਿੰਗ ਦਾ, 6 ਮਹੀਨੇ ਪੂਰਾ ਦਿਮਾਗ ਆਈਲੈਟਸ 'ਚ ਪਾਉਣ ਨਾਲੋਂ, ਆਈਲੈਟਸ 'ਚ ਪਾਏ ਹੋਏ ਨਾਲ ਨਾਲ ਬਾਕੀ ਟਾਈਮ ਪਬਜੀ ਛੱਡ ਕੇ ਇਹ 'ਚ ਪਾ ਦਈਏ, ਆਹ ਕੋਈ ਚੀਜ਼ ਸਿੱਖ ਲਈਏ, ਆਹ ਸਕਿੱਲ ਆ। ਜਾਂ ਸਕਿੱਲ ਤੁਸੀਂ ਸਿੱਖ ਲਈ 11 ਜਾਂ 4 'ਚੋਂ ਇੱਕ ਔਨਲਾਈਨ ਵਾਲੀ ਸਕਿੱਲ ਆਹ ਕਿ ਬਸ ਕਹਿੰਦੇ ਫੋਨ 'ਤੇ ਹੀ ਸਿੱਖਣੀ ਆ, ਕਦੇ ਤੁਹਾਨੂੰ ਦਿਮਾਗ ਚਾਹੀਦਾ। ਬੰਦਾ ਹਾਈ ਸਕੂਲ ਤੋਂ ਬਾਹਰ ਨਿਕਲਦਾ ਨਾ, ਉਹਦਾ ਦਿਮਾਗ ਇੰਨਾ ਕੁ ਐਕਟਿਵ ਅਤੇ ਫਰੈਸ਼ ਹੁੰਦਾ, ਉਹ ਕੁਛ ਵੀ ਸਿੱਖ ਸਕਦਾ, ਕਿਉਂਕਿ ਉਹ ਫ੍ਰੀ ਟਾਈਮ ਵਾਧੂ ਹੁੰਦਾ। ਤਾਂ ਹੀ ਐਵੇਂ ਨਹੀਂ ਆਪਾਂ ਗੋਰਿਆਂ ਦੀ ਭਾਸ਼ਾ ਦੇ 7-7 ਬੈਂਡ ਲੈ ਜਾਂਦੇ, ਇੱਥੇ ਗੋਰਿਆਂ ਤੋਂ ਨਹੀਂ ਜਰਨਲ 7 ਬੈਂਡ ਲੈ ਜਾਣੇ ਆ ਅਕੈਡਮਿਕ 'ਚ, ਆਪਾਂ ਲੈ ਜਾਂਦੇ ਹਾਂ, ਕਿ ਉਦਾਂ ਤੋਸ ਕੱਢਦੇ ਨੇ ਮਿਹਨਤ ਵਾਲੀ ਕਿਤਾਬਾਂ ਪੜ੍ਹ ਪੜ੍ਹ ਕੇ, ਅਖਬਾਰ ਪੜ੍ਹ ਪੜ੍ਹ ਕੇ ਚੀਜ਼ਾਂ ਸਮਝ ਸਮਝ ਕੇ। ਤਾਂ ਇਸ ਕਰਕੇ ਜੇ ਤੁਸੀਂ ਜੇ ਆਪਣੀ 11ਵੀਂ 12ਵੀਂ ਦੇ ਵਿੱਚ ਹੀ ਆਪਣੇ ਆਲੇ ਦੁਆਲੇ ਫਰੈਂਡ ਸਰਕਲ ਨੂੰ ਓਬਜ਼ਰਵ ਕਰਨਾ ਸ਼ੁਰੂ ਕਰ ਦਿਓ, ਅਤੇ ਬੰਦੇ ਪਰਖੋ ਵੀ ਆ ਲਾਈਫ 'ਚ ਗਰੋ ਕਰਨਾ ਚਾਹੁੰਦੇ ਆ, ਪਾਰਟੀਆਂ ਕਰਨੀਆਂ ਚਾਹੁੰਦੇ ਆ, ਕੁੜੀਆਂ ਚੱਕਰ ਪਾਉਣਾ ਚਾਹੁੰਦੇ, ਕੀ ਕਰਨਾ ਚਾਹੁੰਦੇ ਆ, ਤੁਹਾਡਾ ਲਾਈਫ ਦਾ ਮਕਸਦ ਕੀ ਹੈ, ਤੁਸੀਂ ਅੱਜ ਤੋਂ 10 ਸਾਲ ਬਾਅਦ ਆਪਣੇ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ, ਕਿਸੇ ਹੋਰ ਮੁਲਕ 'ਚ, ਕਿਸੇ ਹੋਰ ਜਗ੍ਹਾ 'ਤੇ, ਕਿਸੇ ਹੋਰ ਇਨਸਾਨ ਲਈ ਮਿਹਨਤ ਕਰਦੇ ਹੋਏ, ਹੈ ਇਸ ਟਾਈਮ ਤੁਸੀਂ ਆਪਦੇ ਮੁਲਕ 'ਚ ਹੋ, ਤੁਹਾਡੇ ਕੋਲ 1-1.5 ਸਾਲ ਪਿਆ, ਤੁਸੀਂ ਕੋਈ ਚੀਜ਼ 'ਤੇ ਅੱਜ ਤੋਂ ਧਿਆਨ ਲਗਾਉਣਾ ਸ਼ੁਰੂ ਕਰਕੇ ਆਪਦਾ ਪਰਪਸ ਲਾਈਫ 'ਚ ਲੱਭ ਕੇ, ਫਿਰ 12ਵੀਂ ਖਤਮ ਹੋਣ ਸਾਰ ਉਹ 'ਤੇ ਆਪਣਾ ਫੁੱਲ ਟਾਈਮ ਫੋਕਸ ਦੇ ਕੇ 6-7 ਮਹੀਨੇ ਜੋ ਚੀਜ਼ ਅਕੰਪਲਿਸ਼ ਕਰਕੇ ਉਹ ਸਕਿੱਲ ਦੇ ਬੇਸਿਸ 'ਤੇ ਆਪਦੀ ਲਾਈਫ ਬਣਾਉਣਾ ਚਾਹੁੰਦੇ ਹੋ। ਕਿ ਕੈਨੇਡਾ ਅਮਰੀਕਾ ਲਈ ਆਪਸ਼ਨ ਸਾਰੀ ਉਮਰ ਲਈ ਤੁਹਾਡੇ ਕੋਲ ਹੈ, ਤੁਸੀਂ 12ਵੀਂ ਕਰਕੇ ਵੀ
ਆਨਲਾਈਨ ਡਿਪਲੋਮਾ ਕਰ ਲਓਗੇ ਇੰਡੀਆ ਤਾਂ ਉਹ ਵੀ ਕਾਊਂਟ ਹੋ ਜਾਂਦਾ। ਤਾਂ ਕਰਕੇ ਤੁਸੀਂ ਆਪਣੇ ਆਸੇ ਪਾਸੇ ਦੇ ਸਰਕਲ ਨੂੰ ਓਬਜ਼ਰਵ ਕਰੋ, ਤੁਹਾਨੂੰ ਲੱਗਦਾ ਤੁਹਾਡਾ ਰਾਈਟ ਸਰਕਲ ਹੈ ਤੁਹਾਡੇ ਲਈ ਬੈਨੀਫਿਸ਼ੀਅਲ ਹੈ, ਜਾਂ ਸਾਰੇ ਬੰਦੇ ਲਾਈਫ 'ਚ ਗਰੋ ਕਰਨਾ ਚਾਹੁੰਦੇ ਆ ਬਾਹਰਲੇ ਮੁਲਕਾਂ 'ਚ ਜਾਣ ਤੋਂ ਇਲਾਵਾ ਇੰਡੀਆ ਦੇ ਵਿੱਚ ਰਹਿ ਕੇ ਕੁਛ ਚੰਗਾ ਕਰਨ ਦੀ ਸੋਚ ਰੱਖਦੇ ਆ, ਫਿਰ ਕੰਪਨੀ ਰੱਖੋ ਉਹਨਾਂ ਨਾਲ, ਬਟ ਅਦਰਵਾਈਜ਼ ਨਹੀਂ ਤਾਂ ਤੁਹਾਨੂੰ ਆਪਣੀ ਲਾਈਫ ਦਾ ਡਿਸੀਜਨ ਆਪ ਲੈਣਾ ਪੈਣਾ, ਕਿਉਂਕਿ ਆਹ ਸਿਰਫ ਤੁਹਾਡੀ ਲਾਈਫ ਹੈ, ਆ ਮੇਰੀ ਨਹੀਂ ਹੈ, ਕਿਸੇ ਹੋਰ ਦੀ ਨਹੀਂ ਹੈ। ਇਹਦੇ 'ਚ ਜਿਹੜੇ ਫੈਸਲੇ ਲੈਣੇ ਉਹਦਾ ਬੈਨੀਫਿਟ ਤੁਹਾਨੂੰ ਹੋਣਾ, ਲਾਈਫ ਤੁਹਾਡੀ ਬਣਨੀ ਹੈ ਅਤੇ ਫਾਇਦੇ ਨੁਕਸਾਨ ਤੁਸੀਂ ਦੇਖਣੇ ਆ। ਬਾਅਦ 'ਚ ਮੈਂ ਨਹੀਂ ਰਿਸਪੋਂਸੀਬਿਲਟੀ ਲੈਣੀ ਕਿਸੇ ਹੋਰ ਨੇ ਲਈ ਲੈਣੀ, ਤਾਂ ਉਹਦੇ ਲਈ ਤੁਹਾਨੂੰ ਸਮਾਰਟ ਵਰਕ ਕਰਨਾ ਪੈਣਾ। ਇਟਸ ਸੋ ਈਜ਼ੀ ਕਿ 12ਵੀਂ ਨਹੀਂ ਕੀਤੀ ਆਈਲੈਟਸ ਕਰੋ, 12 ਜੋ ਹੈ ਨਾ ਘਰਦਿਆਂ ਦਾ ਇੰਨਾ ਪੈਸਾ ਲਵਾ ਦਿਉ। ਬਟ ਜੇ ਦੇਖਿਆ ਜਾਵੇ 2 ਸਭ ਤੋਂ ਸੌਖੇ ਕੰਮ ਆ ਇੰਡੀਆ 'ਚ ਰਹਿ ਕੇ ਆਪਾਂ ਲੱਖਾਂ ਕਰੋੜਪਤੀ ਬਣ ਸਕਦੇ ਹਾਂ। ਪਹਿਲਾ ਹੈਗਾ ਬਾਰ ਬਾਰ ਦਾ, 6 ਮਹੀਨੇ ਲਗਾ ਕੇ ਬੰਦਾ ਟਿਕਾ ਕੇ ਕੰਮ ਸਿੱਖ ਲਏ। ਤੁਸੀਂ ਲੁਧਿਆਣੇ, ਚੰਡੀਗੜ੍ਹ, ਸੰਗਰੂਰ, ਅੰਮ੍ਰਿਤਸਰ, ਮੋਗਾ, 5 ਸ਼ਹਿਰ ਇਹੋ ਜਿਹਾ ਜਿੱਥੇ ਤੁਸੀਂ ਕੋਈ ਵੀ ਵੱਡਾ ਸਟੋਰ ਲੀਜ਼ 'ਤੇ ਲੈ ਕੇ ਖਰੀਦਣਾ ਵੀ ਨੀਗਾ, 4 ਜਣੇ ਸਟਾਫ 'ਚ ਪਾ ਕੇ ਵਧੀਆ ਸਲੂਨ ਖੋਲ੍ਹ ਸਕਦੇ ਹੋ। ਇੱਕ 2-4 ਮਹੀਨੇ ਦੀ ਦੇਰ ਆ, ਤੁਹਾਡਾ ਇੱਕ ਰਨਿੰਗ ਬਿਜ਼ਨਸ ਹੋ ਜੂਗਾ ਅਤੇ ਗ੍ਰੇਟ ਸੋਰਸ ਆਫ ਇਨਕਮ ਆ। ਪਰ ਨਹੀਂ, ਇਹਦੇ ਵੱਲ ਤੁਸੀਂ ਕਦੇ ਨਹੀਂ ਜਾਣਾ, ਤੁਸੀਂ ਰੈਦਰ ਕੀ ਕਹੋਗੇ ਯਾਰ ਮੈਂ ਕੈਂਚੀ ਚਲਾਉਣੀ ਸਿੱਖ ਲੈਂਦਾ ਅਤੇ ਬਾਹਰ ਜਾ ਕੇ ਨਹੀਂ ਬਣ ਜੂੰਗਾ। ਪਰ ਇੱਥੇ ਅਗਰ ਸਕਰੈਚ ਸ਼ੁਰੂ ਕਰਨ ਲਓ ਤੁਸੀਂ ਉਹੀ ਜਿਹੜਾ 25-30 ਲੱਖ ਲਾਉਣਾ, ਤੁਸੀਂ 3 ਲੱਖ ਦੁਕਾਨ ਲੀਜ਼ 'ਤੇ ਲੈ ਕੇ, 2 ਲੱਖ ਉੱਤੇ ਇੰਟੀਰੀਅਰ ਦੇ ਖਰਚੋ, 5 ਲੱਖ ਉੱਤੇ ਆਪਦੇ ਰਿਸਕ ਲੈ ਕੇ ਉਹ ਨਹੀਂ ਦੇਖਦੇ। ਕੰਮ ਮਿੱਤਰੋਂ ਚੱਲ ਹੀ ਪੈਂਦਾ, ਉਹ ਤਾਂ ਬੰਦਾ ਚਲਾਉਣ ਵਾਲਾ ਚਾਹੀਦਾ। ਦੂਜਾ ਕੰਮ ਆ ਗਿਆ ਟੈਟੂ ਆਰਟਿਸਟ ਦਾ। ਟੈਟੂ ਆਰਟਿਸਟ ਦਾ ਕੰਮ ਜਦੋਂ ਦਾ 2021 ਚੜਿਆ ਸਭ ਤੋਂ ਟਰੈਂਡ 'ਤੇ ਚੱਲ ਰਿਹਾ, ਅਤੇ ਟੈਟੂ ਵਾਲੇ ਕੰਮ ਦੇ ਵਿੱਚ ਇੰਨਾ ਕੁ ਟੈਟੂ ਬਣਾਏ ਦੇ ਮੋਟੇ ਪੈਸੇ ਆ। ਇਹਨੂੰ ਸਿੱਖ ਨੂੰ 6 ਮਹੀਨੇ ਲੱਗਦੇ ਆ ਇੱਕ ਵਾਰ ਦਾ ਗਾਉਣਾ, ਕਿਹੜਾ ਸਿੱਖ ਲਿਆ, ਕਿਹੜਾ ਇਸਟੈਬਲਿਸ਼ ਕਰ ਲਿਆ, ਹੱਥ ਟਿਕਾ ਲਈ ਮਸ਼ੀਨ 'ਤੇ, ਵਰਲਡ ਵਾਈਡ ਜਿੱਥੇ ਮਰਜ਼ੀ ਜਾ ਕੇ ਇੱਕ ਇੰਸਟਾਗ੍ਰਾਮ ਪੇਜ ਦੇ ਥਰੂ ਤੁਸੀਂ 1000 ਰੁਪਇਆ ਕਮਾ ਲਓ। ਪਰ ਜੋ ਤੁਸੀਂ 11ਵੀਂ 12ਵੀਂ 'ਚ ਹੁੰਦੇ ਹੋ ਨਾ, ਉਹ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੁੰਦਾ, ਸਰੀਰ ਥੋੜ੍ਹਾ ਐਨਰਜੀ ਨਾਲ ਭਰਿਆ ਹੁੰਦਾ, ਦਿਮਾਗ ਥੋੜ੍ਹਾ ਫਰੈਸ਼ ਹੁੰਦਾ ਸਿੱਖਣ ਨੂੰ ਚੀਜ਼ਾਂ, ਤਾਂ ਤੁਸੀਂ ਹਰ ਚੀਜ਼ ਚਾਹੋ ਤਾਂ ਸਿੱਖ ਸਕਦੇ ਹਾਂ। ਬਾਰ ਬਾਰ ਦਾ ਟੈਟੂ ਆਰਟਿਸਟ ਦਾ ਕੰਮ ਕੋਈ ਰੀਸ ਨਹੀਂ ਨਾ ਰਹੀ, ਨਾਲੇ ਆਪਦੇ ਕੰਮ ਦਾ ਮਾਲਕ ਆਪਦੀ ਮਰਜ਼ੀ ਨਾਲ ਕਰਦਾ, ਮਰਜ਼ੀ ਨਾਲ ਘੁੰਮਦਾ ਫਿਰਦਾ, ਜਦੋਂ ਦਿਲ ਕਰਦਾ ਉਦੋਂ ਕੰਮ ਕਰਦਾ। ਅਤੇ ਬੁੱਕਸ ਹਮੇਸ਼ਾ ਉਹਨਾਂ ਦੀ ਬਿਜ਼ੀ ਰਹਿੰਦੀ ਆ, ਅਪੁਆਇੰਟਮੈਂਟ 4-6 ਮਹੀਨੇ ਅੱਗੇ ਦੇ ਚੱਲਦੀਆਂ, ਲੋਕ ਬੁੱਕ ਕਰਕੇ ਰੱਖਦੇ ਐਡਵਾਂਸ ਪੈਸੇ ਦੇ ਕੇ, ਬਾਈ ਪਲੀਜ਼ ਮੈਨੂੰ ਤੇਰਾ ਤਾਂ ਕੰਮ ਕਰਾਉਣਾ। ਫਿਰ ਇਕੱਲਾ 6 ਮਹੀਨੇ ਕੰਮ ਸਿੱਖਿਆ, ਆਪਦਾ ਨਾਮ ਇਸਟੈਬਲਿਸ਼ ਕਰਨਾ, ਭੇਡ ਚਾਲ ਚਲਾ ਕੇ ਨਹੀਂ ਸਕਸੈਸਫੁਲ ਹੁੰਦਾ ਕੋਈ। ਇੱਥੇ ਆ ਕੇ ਵੀ ਐਂ ਵਾਂ 55-55, 60-60 ਹਜ਼ਾਰ ਦੀਆਂ ਇਨਕਮ ਟੈਕਸ ਰਿਟਰਨਾਂ ਭਰ ਰਹੇ ਹਾਂ ਅਸੀਂ ਅੱਜ, ਮੈਂ, ਮੇਰੇ ਡੈਡੀ, ਐਟ ਦ ਐਂਡ ਕਿੰਨੇ ਕਮਾ ਰਹੇ ਹਾਂ ਟੈਕਸ ਤੋਂ ਬਾਅਦ, 20-22 ਲੱਖ ਰੁਪਇਆ ਸਾਲ ਦਾ, ਜਿਹਦੇ ਵਿੱਚ ਕਿਰਾਇਆ, ਰਹਿਣ ਸਹਿਣ, ਗੱਡੀ, ਹੋਰ ਖਰਚੇ ਪਿੱਛੇ ਬਚਦਾ, ਸੇਵ ਪਤਾ ਕਿੰਨਾ, 10-15 ਹਜ਼ਾਰ ਡਾਲਰ ਨਹੀਂ ਹੁੰਦਾ ਸਾਲ ਦਾ, 50-60 ਹਜ਼ਾਰ ਕਮਾ ਕੇ ਵੀ ਜਾਂ ਹੀ ਇੰਡੀਆ ਕਮਾਵਾਂਗੇ, ਸਾਰੇ ਪੈਸੇ ਵੀ ਆਪਣੇ, ਬਾਊ ਵੀ ਆਪਾਂ, ਕਿਸੇ ਦਾ ਰੋਹਬ ਨਹੀਂ ਸਹਿਣਾ ਅਤੇ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਆਪਦੇ ਹੱਥ 'ਚ ਜਗਾਉਣਾ ਹੈਗਾ, ਮਾਇਆ ਤਾਂ ਆਪਣੇ ਕੋਲ ਚੱਲ ਕੇ ਆਉਂਦੀ ਹੈ। ਇਕੱਲਾ ਇੱਕ ਪੈਸੇ ਡਾਲਰਾਂ ਦੇ ਚੱਕਰ 'ਚ ਮੁਲਕ ਛੱਡਣ ਵਾਲੀ ਪੋਲਣਾ ਕੁਰੇੜੀ ਅਸੀਂ ਕੀਤੀ ਆ, ਇੰਡੀਆ 'ਚ ਰਹਿ ਕੇ ਸਾਰਾ ਕੁਛ ਹੋ ਸਕਦਾ। ਤੁਸੀਂ ਔਨਲਾਈਨ ਟ੍ਰੇਡਿੰਗ ਦਾ, ਵੈਬ ਡਿਜ਼ਾਇਨਿੰਗ ਦਾ, ਸਟੋਕ ਮਾਰਕੀਟ ਦਾ, ਕਾਪੀ ਰਾਈਟਿੰਗ ਦਾ, 4 ਕੰਮ ਆ, ਜਾਂ ਤੁਸੀਂ ਸਿੱਖ ਲਓ, ਔਨਲਾਈਨ ਅਵੇਲੇਬਲ ਆ। ਇਹਨਾਂ ਦੇ 6-6-8-8 ਮਹੀਨੇ ਦੇ ਕੋਰਸ ਆ, ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ, ਜਿਹੜੀਆਂ ਯੂਨੀਵਰਸਿਟੀਆਂ ਫ੍ਰੀ 'ਚ ਪ੍ਰੋਵਾਈਡ ਕਰਦੀਆਂ ਤੁਹਾਨੂੰ, ਐਟ ਦ ਐਂਡ ਸਰਟੀਫਿਕੇਸ਼ਨ ਵੀ ਮਿਲੂਗੀ ਡਿਪਲੋਮੇ ਦੀ, ਤੁਸੀਂ ਸਰਟੀਫਾਈਡ ਹੋਵੋਗੇ। ਤਾਂ ਉਦੋਂ ਬਾਅਦ ਜਦੋਂ ਤੁਸੀਂ ਆਪਣੇ ਬਿਜ਼ਨਸ ਪੋਰਟਫੋਲੀਓ ਤਿਆਰ ਕਰਨਾ, ਉਹਦੀ ਮਾਰਕੀਟ 'ਚ ਪਲੇਸ ਕਰ ਦੇਣਾ, ਫਿਰ ਤੁਹਾਨੂੰ ਵਰਲਡ ਵਾਈਡ ਜੋਬਸ 'ਤੇ ਔਫਰ ਆਇਆ ਕਰਨਗੇ। ਫਿਰ ਸਰਚ ਕਰਕੇ ਦੇਖਿਓ ਵੈਬ ਡਿਜ਼ਾਇਨਿੰਗ, ਕਾਪੀ ਰਾਈਟਿੰਗ, ਸਟੋਕ ਮਾਰਕੀਟ ਅਤੇ ਟ੍ਰੇਡਿੰਗ, ਆ ਚਾਰੋਂ ਚੀਜ਼ਾਂ ਕਿੰਨੇ ਗਰੋਥ ਵਾਲੇ ਸੋਰਸ ਆ ਜਿਨ੍ਹਾਂ ਨੂੰ ਆਉਂਦੇ ਆ। ਜਿਹੜਾ ਇਹ ਨਹੀਂ ਹੁੰਦਾ ਵੀ ਆਪਣੀ ਮੋਸਟਲੀ ਸੋਚ ਕੀ ਹੁੰਦੀ ਆ ਯਾਰ ਮੈਂ ਸਟੋਕ ਮਾਰਕੀਟ 'ਚ ਪੈ ਜਾਂਦਾ, ਬਟ ਉਹ ਇਨਸਾਨ ਪਿਆ ਸੀ ਯਾਰ ਉਹਨੇ ਤਾਂ ਸਾਰਾ ਕੁਛ ਗਵਾ ਲਿਆ ਤਾਂ ਮੈਂ ਕੋਈ ਖਾਸ ਨਹੀਂ ਹੈਗਾ, ਬਟ ਉਹ ਇਨਸਾਨ ਕੋਲ ਨੌਲੇਜ ਵੀ ਨਹੀਂ ਹੈਗੀ ਸੀ। ਕਦੇ ਸੋਚਦੇ ਨਹੀਂ ਆਪਾਂ ਉਹ ਇਨਸਾਨ ਨੇ ਗਲਤੀਆਂ ਕੀ ਕੀਤੀਆਂ, ਆਪਾਂ ਕੁਛ ਨਹੀਂ ਸੋਚਦੇ,
तेरे मेरे वर्गे ने कहे तो वो चीज़ पैसे इन्वेस्ट करते खराब कर ले, फिर थोड़ी को नॉलेज हैगी आ, फिर रिस्क लो फिर फायदा होंगे, थोड़ी को स्किल हैगी आ फिर उत्ते इन्वेस्ट करो आपदे आप ते, फिर थोड़ा बिजनेस स्टैब्लिश होंगे फिर तुम्हें फायदा होंगे। जो ऐ नहीं है कि मैं बार्बर की दुकान खोलनी है ना, मैं तेन कहता भाई प्रॉफिट होगा मैनू, तुमने 10 लाख रुपया देता, तेरा पैसा हो मैं फक नहीं दे रहा, मैं काम खोल लिया मैं जो ध्यान नहीं दे रहा, मेरे कड़ा पैसे लगे हैं चल पे तो ठीक है नहीं चलिया तो ठीक है, पर जे आही काम मेरा हो गए मैं सीखा हो काम, मैं 4 बंदे थले रखे हो, मैं स्टोर पर काम करा सलून पर काम करा, 5 बंदा तो निगाह रखा कस्टमर ना गल करा प्रॉपर, हर बंदा खुश करके भेजिए, वधिया इनवायरमेंट देिए, वधिया गाने गुने माहौल बनाए रखिए, बिजनेस सब फिर रोटेट होंगे, पर किसी के कहे ते कितने इन्वेस्टमेंट की थी उन्होंने बेनीफिट नहीं देंगी, जो इन्वेस्टमेंट है टाइम उन्होंने खराब होंगे, तो इस तो बैटर आप कोई स्किल पाओ, जो थोड़े कोई गुण होगा काम थोड़े को आपे आऊगा, पैसा थोड़े को आपे आऊगा, ये तो कोई गुण नहीं है, जिन्ना मर्जी जोर ला लो बाहरले मुल्क जाके भी सैटल हो पाओगे, आपका परपस लभ लो 11वीं 12वीं ची, तो उस पर वर्क करना शुरू कर दो, रिसर्च करनी शुरू कर दो, तुम अचीव किमें करना, क्योंकि पहला स्टैप लेना औखा होंगे, कला जो सोचना चीज़ करनी है ये फील्ड के आ बंदे ने आ तरक्की की है जहाँ किसी लैवल तक पहुंचे मैं भी पहुंच सकता, ऐ नहीं कि जे आ बंदे का घाटा होया तो मेरा भी होगा होगा, जे आ बंदा किसी लैवल तक पहुंच सकता तो इन्हें किन्नी मेहनत की है, वो चीज़ रिसर्च करो वर्क करो तो आपने आप 100% दो देते, किसी चीज़ 6 महीने तो टाइम दो, पेशेंस रखो बिना फाल की चिंता किए, फोकस करो रिजल्ट थोड़े को आपे चल के आऊगा, किसी को नहीं जाने की लोड़, दारू नशे कुड़िया अयाशी कितने नहीं चली, जो तुम कि सैटल हो गए ना अपनी ग्रोइंग एज के दो टाइम ही होंगे बंदे को लाइफ से, या बन जाता या तबाह हो जाता या पेट जल्द फस जाता, हम थोड़े ते आ टाइम में किमें यूज लिया, जरूर सोचिए मेरी गल न, तो मेरे वीरो अज वीडियो लिए इन्ना ही, अपने दिमाग से बोझ पाओ सोचना शुरू करो कुछ लाइफ से चंगा करो, मापिया के कोल रहो, मापिया वर्गा खजाना छड के बगैने जगह से रहने का कोई स्वाद नहीं है, कोई सियाणप नहीं है, जब मापिया को रह के कोई चीज़ कर ली ना थोड़े वर्गा इंसान कोई नहीं है। श्री वाहेगुरु जी का खालसा, श्री वाहेगुरु जी की फतेह, मेरे सारे वीर भैन भाई, अद ध्यान रखियो, बाबा भली करे।